नमस्कार जी, मैं हाँ तुहाड़ा अपना बलविंदर हाली ते तुसी देख रहे हो पंजाब डेयरी। देश विदेश के दर्शकों का स्वागत करते हैं ते शुरू करते हैं अज का प्रोग्राम। पहला चोणवियां खबरां। कांग्रेस वाले राज्यां दे विच सस्ता हो जाएगा पेट्रोल अते डीजल। विदेशी फुलां नाल सजे श्री हरिमंदर साहब दे अलौकिक दर्शनां लई संगतां दा तांता लग्गिया। दिल्ली NCR विच महसूस कीते भुचाल दे झटके। करतारपुर लांघा खलौली नवजोत सिद्धू ने सुषमा स्वराज नूं चिट्ठी लिखी। नवजोत सिद्धू दे हक विच नेत्रे फारूक अब्दुल्ला। अबोर विखे सुखबीर दे काफले दा सिखां वल्लों कालियां झंडियां विखा के कीता विरोध। कण सिंह पन्नू ने आख्या साफ हवा ते शुद्ध पौण पाणी ते सारयां दा बराबर हक। आम आदमी पार्टी दे कड्डियां नूं इकट्ठियां करन विच खहरा होए कुछ हद तक सफल। जाखड़ के गढ़ विच वरे बादल, साबका मुख मंत्री रहे खिच दा केंद्र। जलंधर दे बिशप दे हक विच नेत्रे, केरला दे MLA ते नन ते लाए गंभीर इल्जाम। बेअदबी रिपोर्ट, फूलका ने फिर कैप्टन सरकार नूं घेरिया। एक दूजे दी पोल खोलण लई काले पए मक्कड़ अते गरेवाल। हुण खबरां दी विस्थार। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਨੂੰ ਡੇਰੇ ਨਾਲ ਆਪਣੇ ਸਬੰਧਾਂ ਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਆਪਣੀ ਭੂਮਿਕਾ ਬਾਰੇ ਸਪਸ਼ਟ ਕਰਨ ਦੀ ਵੰਗਾਰ ਪਾਉਂਦਿਆਂ ਆਖਿਆ ਕਿ ਆਪਣੀ ਸਰਕਾਰ ਦੇ ਸਮੇਂ ਵਾਪਰੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੋਂ ਸੁਖਬੀਰ ਸਿੰਘ ਭੱਜ ਨਹੀਂ ਸਕਦੇ। ਉਹਨਾਂ ਸੁਖਬੀਰ ਸਿੰਘ ਨੂੰ ਸੁਖਬੀਰ ਸਿੰਘ ਇੰਸਾ ਨਾਂ ਤੇ ਸੰਬੋਧਨ ਕੀਤਾ। ਉਹਨਾਂ ਆਖਿਆ ਕਿ ਇਹ ਡੇਰੇ ਵਾਲਿਆਂ ਦੇ ਪੈਰੀਂ ਹੱਥ ਲਾਉਂਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਇੰਸਾ ਹੀ ਆਖਿਆ ਜਾ ਸਕਦਾ ਹੈ। ਰੈਲੀ ਨੂੰ ਵਿਧਾਇਕ ਸੁਖਪਾਲ ਭੁੱਲਰ, ਗੁਰਜੀਤ ਸਿੰਘ ਭੁੱਲਰ ਦੀ ਹਾਜ਼ਰੀ ਵਿੱਚ ਸੁਨੀਲ ਜਾਖੜ ਨੇ ਆਖਿਆ ਕਿ ਪੂਰਾ ਪੰਜਾਬ ਸੁਖਬੀਰ ਸਿੰਘ ਸਮੇਤ ਇਸ ਦੇ ਆਗੂਆਂ ਤੋਂ ਪੰਥ ਨਾਲ ਕੀਤੀ ਗਦਾਰੀ ਲਈ ਜਵਾਬ ਮੰਗ ਰਿਹਾ ਹੈ। ਉਹਨਾਂ ਆਖਿਆ ਕਿ ਜਦਕਿ ਅਕਾਲੀ ਆਗੂ ਬਹਿਬਲ ਕਲਾਂ ਵਿਖੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਵਰਗੇ ਸਧਾਰਨ ਸਵਾਲ ਦਾ ਜਵਾਬ ਦੇਣ ਦੀ ਬਜਾਏ ਰੈਲੀਆਂ ਕਰਨ ਦੇ ਪਖੰਡ ਕਰ ਰਹੇ ਨੇ। ਉਹਨਾਂ ਆਖਿਆ ਕਿ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਖੁਦ ਅਕਾਲੀ ਸਰਕਾਰ ਦੇ ਫੈਸਲੇ ਤੇ ਉਂਗਲ ਚੁੱਕ ਰਹੇ ਨੇ ਕਿ ਹੁਣ ਸੁਖਬੀਰ ਬਾਦਲ ਵੀ ਉਹਨਾਂ ਦੇ ਦਰਾਂ ਮੂਹਰੇ ਰੈਲੀ ਕਰਨਗੇ। ਉਹਨਾਂ ਆਖਿਆ ਕਿ ਪੰਜਾਬ ਦਾ ਇਤਿਹਾਸ ਰਿਹਾ ਕਿ ਕੌਮ ਨਾਲ ਗਦਾਰੀ ਕਰਨ ਵਾਲਿਆਂ ਨੂੰ ਕਦੇ ਮਾਫ਼ ਨਹੀਂ ਕੀਤਾ ਜਾਂਦਾ ਤੇ ਸੁਖਬੀਰ ਸਿੰਘ ਨੇ ਆਪਣੀ ਡੇਰੇ ਨਾਲ ਸਾਂਝ ਪਵਾਉਣ ਤੇ ਆਪਣੇ ਸਿਆਸੀ ਹਿੱਤਾਂ ਲਈ ਆਪਣੇ ਧਰਮ ਨਾਲ ਦਗਾ ਕੀਤਾ। ਉਹਨਾਂ ਆਖਿਆ ਕਿ ਜੋ ਇਨਸਾਨ ਆਪਣੇ ਧਰਮ ਦੇ ਨਹੀਂ ਉਹ ਹੋਰ ਕਿਸੇ ਦੇ ਕੀ ਹੋਣਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਮਾਮਲੇ ਤੇ ਗੋਲੀਕਾਂਡ ਦੀ ਜਾਂਚ ਵਿੱਚ ਵਿਧਾਨ ਸਭਾ ਵਿੱਚ ਪਾਸ ਕੀਤੇ ਮਤੇ ਮੁਤਾਬਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਦੀ ਸਪਸ਼ਟੀਕਰਨ ਆ ਚੁੱਕਾ ਹੈ। ਹਾਲਾਂਕਿ ਇਸ ਸੰਬੰਧੀ ਅਧਿਕਾਰਤ ਹੁਕਮ ਜਾਰੀ ਨਹੀਂ ਹੋਏ, ਪਰ ਮੁੱਖ ਮੰਤਰੀ ਨੇ 3 ਮੈਂਬਰੀ SIT ਦੇ ਗਠਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ADGP ਈਸ਼ਵਰ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵਿੱਚ IG ਜਤਿੰਦਰ ਸਿੰਘ ਔਲਖ ਤੇ IG ਨਾਗੇਸ਼ਵਰ ਰਾਓ ਸ਼ਾਮਲ ਹੋਣਗੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਬੇਅਦਬੀ ਤੇ ਗੋਲੀਕਾਂਡ ਦੀ ਵਧੇਰੇ ਜਾਂਚ ਦੀ ਲੋੜ ਦੀ ਸਿਫਾਰਿਸ਼ ਕੀਤੀ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਮਾਮਲਿਆਂ ਦੀ ਜਾਂਚ CBI ਨੂੰ ਸੌਂਪ ਦਿੱਤੀ ਸੀ, ਜਿਸ ਦਾ ਚਾਰਜ ਫੇਰੇ ਵਿਰੋਧ ਹੋਇਆ ਸੀ। ਇਸ ਤੋਂ ਬਾਅਦ ਵਿਧਾਨ ਸਭਾ ਵਿੱਚ ਮਾਨਸੂਨ ਇਜਲਾਸ ਦੌਰਾਨ ਸਦਨ ਵਿੱਚ ਇਹਨਾਂ ਮਾਮਲਿਆਂ ਦੀ ਜਾਂਚ CBI ਤੋਂ ਵਾਪਸ ਲੈ ਕੇ ਵਿਸ਼ੇਸ਼ ਜਾਂਚ ਟੀਮ ਹਵਾਲੇ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ ਤੇ ਹੁਣ ਕੈਪਟਨ ਨੇ SIT ਬਣਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਇਲਾਕੇ ਵਿੱਚ ਹਬੋਰ ਵਿਖੇ ਸ਼ਕਤੀ ਪ੍ਰਦਰਸ਼ਨ ਦੌਰਾਨ ਪੋਲ ਖੋਲ ਰੈਲੀ ਕੀਤੀ ਤੇ ਕਾਂਗਰਸ ਤੇ ਖੂਬ ਨਿਸ਼ਾਨੇ ਲਾਏ। ਖਾਸ ਗੱਲ ਇਹ ਰਹੀ ਕਿ ਇਸ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿਰਕਤ ਕੀਤੀ। ਸਾਬਕਾ ਮੁੱਖ ਮੰਤਰੀ ਨੇ ਆਪਣੀਆਂ ਜੇਲ੍ਹ ਯਾਤਰਾਵਾਂ ਦਾ ਹਵਾਲਾ ਦਿੰਦਿਆਂ ਅਕਾਲੀ ਦਲ ਨੂੰ ਪੰਥ ਹਿਤੈਸ਼ੀ ਦੱਸਦਿਆਂ ਕਾਂਗਰਸ ਨੂੰ ਪੰਜਾਬ ਵਿਰੋਧੀ ਤੇ ਫਿਰਕਾ ਪ੍ਰਸਤੀ ਨਾਲ ਗ੍ਰਸਤ ਪਾਰਟੀ ਕਰਾਰ ਦਿੰਦਿਆਂ ਉਹਨਾਂ ਬਰਗਾੜੀ ਮੋਰਚੇ ਨੂੰ ਕਾਂਗਰਸ ਦੀ ਦੇਣ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਕਾਂਗਰਸ ਸ੍ਰੀ ਅਕਾਲ ਤਖਤ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਬਾਦਲ ਨੇ ਸੁਨੀਲ ਜਾਖੜ ਤੇ ਸਿੱਧਾ ਵਾਰ ਕਰਦਿਆਂ ਕਿ ਉਹਨਾਂ ਨੇ ਹਾਰਿਆ ਹੋਇਆ ਜਰਨੈਲ ਇੱਥੋਂ ਭਜਾ ਦਿੱਤਾ ਹੈ। ਬਾਦਲ ਨੇ ਆਖਿਆ ਕਿ ਜਾਖੜ ਨੂੰ ਹਬੋਰ ਵਾਸੀਆਂ ਨੇ ਇੱਥੋਂ ਭਜਾਇਆ। ਉਹਨਾਂ ਆਖਿਆ ਕਿ ਜਾਖੜ ਅਸੈਂਬਲੀ ਵੀ ਹਾਰ ਗਿਆ ਤੇ ਪੰਚਾਇਤ ਵੀ ਜਿੱਤ ਨਹੀਂ ਸਕਿਆ। ਵੱਡੇ ਬਾਦਲ ਤੋਂ ਇਲਾਵਾ ਸੁਖਬੀਰ ਬਾਦਲ ਤੇ ਵਿਕਰਮ ਜੀਠੀਆ ਨੇ ਵੀ ਜਾਖੜ ਦੇ ਖੂਬ ਨਿਸ਼ਾਨੇ ਲਾਏ। ਚਰਚਾ ਦਾ ਵਿਸ਼ਾ ਚਿਰਾਂ ਬਾਅਦ ਵੱਡੇ ਜਨਤਕ ਇਕੱਠ ਵਿੱਚ ਪ੍ਰਕਾਸ਼ ਸਿੰਘ ਬਾਦਲ ਰਹੇ। ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਪੇਸ਼ ਹੋਣ ਤੋਂ ਬਾਅਦ ਸਵਾਲਾਂ ਵਿੱਚ ਘਿਰੇ ਅਕਾਲੀ ਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਹਬੋਰ ਰੈਲੀ ਵਿੱਚ ਆ ਕੇ ਕਾਫੀ ਵੱਡਾ ਸਹਾਰਾ ਦਿੱਤਾ ਹੈ। ਹਬੋਰ ਵਿੱਚ ਪੋਲ ਖੋਲ ਰੈਲੀ ਵਿੱਚ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕੁਝ ਸਿੱਖ ਆਗੂਆਂ ਵੱਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਬਾਦਲ ਪਰਿਵਾਰ ਕੌਮ ਦਾ ਗਦਾਰ ਹੈ, ਇਸ ਲਈ ਉਹਨਾਂ ਦਾ ਵਿਰੋਧ ਕਰ ਰਹੇ ਨੇ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੱਖ ਨੇ, ਬਾਦਲ ਜਾਂ ਕੈਪਟਨ ਦੇ ਨਹੀਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਜ਼ਿੰਮੇਵਾਰ ਦੋਸ਼ੀਆਂ ਨੂੰ ਸਿੱਖਾਂ ਪਿੱਛੇ ਹੋਣਾ ਚਾਹੀਦਾ ਹੈ। ਸਿੱਖ ਆਗੂਆਂ ਨੇ ਕੈਪਟਨ ਸਰਕਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਸਹੀ ਢੰਗ ਨਾਲ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਦਾ ਲਗਾਤਾਰ ਵਿਰੋਧ ਹੋ ਰਿਹਾ। ਇਸ ਤੋਂ ਪਹਿਲਾਂ ਵੀ ਕਈ ਸਿੱਖ ਜਥੇਬੰਦੀਆਂ ਵੱਲੋਂ ਅਕਾਲੀ ਆਗੂਆਂ ਦਾ ਵਿਰੋਧ ਕੀਤਾ ਜਾ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਿੱਥੇ ਪੰਜਾਬ ਵਿੱਚ ਬੇਅਦਬੀ ਮਾਮਲਿਆਂ ਕਰਕੇ ਤਿੱਖਾ ਵਿਰੋਧ ਹੋ ਰਿਹਾ, ਉੱਥੇ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ SGPC ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਿੱਚ ਆਪਸੀ ਖਿੱਚੋਤਣ ਸ਼ੁਰੂ ਹੋ ਗਈ। ਮੱਕੜ ਵੱਲੋਂ ਅਕਾਲੀ ਦਲ ਦੇ ਵਿਧਾਨ ਸਭਾ ਵਿੱਚ ਕੀਤੇ ਵਾਕਆਊਟ ਨੂੰ ਗਲਤ ਕਰਾਰ ਦੇਣ ਤੋਂ ਬਾਅਦ ਅਕਾਲੀ ਦਲ ਵਿੱਚ ਉਹਨਾਂ ਦਾ ਵਿਰੋਧ ਹੋ ਗਿਆ ਹੈ। ਮੱਕੜ ਦੇ ਵਿਰੋਧ ਜਤਾਉਣ ਨੂੰ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਉਹਨਾਂ ਨੂੰ ਮੌਕਾ ਪ੍ਰਸਤ ਕਰਾਰ ਦਿੰਦਿਆਂ ਆਖਿਆ ਕਿ ਮੱਕੜ ਨੇ ਆਪਣੀ ਪ੍ਰਧਾਨਗੀ ਵਿੱਚ ਕੀ ਕੁਝ ਕੀਤਾ ਹੈ ਸਭ ਨੂੰ ਪਤਾ ਹੈ। ਮਹੇਸ਼ਇੰਦਰ ਤੇ ਮੱਕੜ ਨੇ ਪਲਟਵਾਰ ਕਰਦਿਆਂ ਆਖਿਆ ਕਿ ਉਹਨਾਂ ਨੇ ਗੁਰਦੁਆਰਾ ਕਮੇਟੀ ਵਿੱਚ ਕਈ ਘਪਲੇ ਕੀਤੇ, ਐਜੂਕੇਸ਼ਨਲ ਟਰੱਸਟ ਦੀਆਂ ਫੀਸਾਂ ਦੇ ਪੈਸੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ।
ਮੱਕੜ ਨੇ ਆਖਿਆ ਕਿ ਮਹੇਸ਼ਿੰਦਰ ਅਕਾਲੀ ਦਲ ਵਿੱਚ ਚਾਪਲੂਸੀ ਕਰਕੇ ਟਿਕੇ ਨੇ। ਮਹੇਸ਼ਿੰਦਰ ਨੇ ਮੱਕੜ ਤੇ ਤਿੱਖੇ ਨਿਸ਼ਾਨੇ ਲਾਉਣ ਤੋਂ ਬਾਅਦ ਆਖਿਆ ਕਿ ਉਹ ਪ੍ਰਧਾਨ ਬਣਨ ਤੋਂ ਪਹਿਲਾਂ ਤੇ ਹੁਣ ਦੇ ਆ ਆਪਣੀ ਜਾਇਦਾਦ ਦਾ ਵੇਰਵਾ ਦੇਣ ਤੇ ਕਿਹੜੇ ਕਿਹੜੇ ਮੈਂਬਰਾਂ ਨੂੰ ਗੁਰਦੁਆਰਿਆਂ ਵਿੱਚ ਨੌਕਰੀ ਦਵਾਈ ਸੀ ਇਹ ਦੱਸਣ। ਉਹਨਾਂ ਦੱਸਣ ਕਿ ਇਹ ਕਿਹੜੇ ਕਿਹੜੇ ਘਪਲੇ ਕਮੇਟੀ ਦੇ ਪੈਸਿਆਂ 'ਚ ਕੀਤੇ ਆ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਖੁਲਾਸਾ ਮੀਡੀਆ ਅੱਗੇ ਕਰਨਗੇ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਪਟਿਆਲਾ ਵਿੱਚ ਪੰਜਾਬੀ ਏਕਤਾ ਦੇ ਨਾਂ ਹੇਠਾਂ ਕਨਵੋਕੇਸ਼ਨ ਕੀਤੀ, ਜਿਸ ਵਿੱਚ ਉਹਨਾਂ ਆਪਣੇ ਸਮਰਥਕਾਂ ਨੂੰ ਪੰਜਾਬ ਲਈ ਅੱਗੇ ਆ ਕੇ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਖਹਿਰਾ ਨੂੰ ਪਾਰਟੀ ਦੇ ਪੁਰਾਣੇ ਬਾਗੀ ਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਦਾ ਸਮਰਥਨ ਹਾਸਲ ਹੋਇਆ। ਖਹਿਰਾ ਨੇ ਕੱਲ ਕੈਪਟਨ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ STF ਦੇ ਮੁਖੀ ਨੂੰ ਬਦਲਣ ਤੇ ਸਵਾਲ ਕੀਤਾ ਹੈ। ਖਹਿਰਾ ਨੇ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਪੁਰਾਣੇ ਥੰਮ ਸੁੱਚਾ ਸਿੰਘ ਛੋਟੇਪੁਰ ਨੂੰ ਸੱਦਾ ਦਿੱਤਾ ਸੀ ਪਰ ਉਹ ਗੈਰ ਹਾਜ਼ਰ ਰਹੇ। ਡਾਕਟਰ ਗਾਂਧੀ ਵੱਲੋਂ ਉਹਨਾਂ ਨੂੰ ਸਮਰਥਨ ਦਿੱਤੇ ਜਾਣ ਤੋਂ ਇਹ ਸਪਸ਼ਟ ਹੋ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਡਾਕਟਰ ਗਾਂਧੀ ਤੇ ਖਹਿਰਾ ਸਿਆਸੀ ਫਰੰਟ ਤੇ ਇਕਜੁੱਟ ਹੋਣ ਦੀਆਂ ਸੰਭਾਵਨਾਵਾਂ ਹੋਰ ਵਧਾ ਦੇਣਗੇ। ਪੰਜਾਬ ਵਿੱਚ STF ਚੀਫ ਹਰਪ੍ਰੀਤ ਸਿੰਘ ਸਿੱਧੂ ਨੂੰ ਹਟਾਏ ਜਾਣ ਸੰਬੰਧੀ ਉਹਨਾਂ ਆਖਿਆ ਕਿ ਸਰਕਾਰ ਨੇ ਇਹ ਕਦਮ ਅਕਾਲੀ ਦਲ ਨੂੰ ਰਾਹਤ ਦੇਣ ਲਈ ਚੁੱਕਿਆ ਹੈ। ਉਹਨਾਂ ਆਖਿਆ ਕਿ ਅਕਾਲੀ ਦਲ ਤੇ ਕਾਂਗਰਸ ਦੋਸਤਾਨਾ ਮੈਚ ਖੇਡ ਰਹੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਖਹਿਰਾ ਨੇ ਆਖਿਆ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਰਿਆਂ ਨੂੰ ਇਕਜੁੱਟ ਹੋਣਾ ਪਏਗਾ। ਉਹਨਾਂ ਆਖਿਆ ਕਿ ਬਿਕਰਮ ਸਿੰਘ ਮਜੀਠੇ ਦਾ ਨਾਂ ਸਿੱਧੇ ਤੌਰ ਤੇ ਨਸ਼ਾ ਤਸਕਰੀ ਨਾਲ ਜੁੜਿਆ ਹੈ, ਫਿਰ ਕੀ ਕਾਰਨ ਹੈ ਕਿ ਸੂਬਾ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਵਾ ਰਹੀ ਜਦਕਿ ਅਦਾਲਤ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੀ ਲਾਪਾ ਹੋ ਚੁੱਕੀ ਹੈ ਕਿ ਮਜੀਠੀਆਂ ਨੂੰ ਰਾਹਤ ਕਿਉਂ ਦਿੱਤੀ ਗਈ? ਸਤਿਕਾਲ ਜੀ, ਸਤਿ ਸ਼੍ਰੀ ਅਕਾਲ, ਮੈਂ ਅਨੀਤਾ ਦੇਵਗਨ ਤੇ ਅਸੀਂ ਦੋਵੇਂ ਜਣੇ ਸਕਰੀਨ ਸ਼ੇਅਰ ਕਰ ਰਹੇ ਹਾਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਕੁੜਮਾਈਆ ਫਿਲਮ ਜਿਹੜੀ ਰਿਲੀਜ਼ ਹੋ ਰਹੀ ਆ 14 September 2018 ਨੂੰ। ਸਾਰਿਆਂ ਨੇ ਆਜੋ ਪਲੀਜ਼ ਵੇਖ ਲਈ, ਬਹੁਤ ਸੋਹਣੀ ਲੱਗਦੀ ਆ ਇਹਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਗਗਨਪ੍ਰੀਤ ਬਠਿੰਡਾ, ਪਾਕਿਸਤਾਨ ਦੀ ਸਟਾਰਗੇਜ਼ ਐਂਟਰਟੇਨਮੈਂਟ ਦੀ ਫਿਲਮ ਝਾਂਜਰਾ, ਜਿਸ ਦੇ ਪ੍ਰੋਡਿਊਸਰ ਨੇ ਅਮੀਨ ਚੌਧਰੀ ਜੀ, ਕੋਮਲ ਭੱਟ ਜੀ ਤੇ ਡਾਇਰੈਕਟਰ ਨੇ ਜਨਾਬ ਸਵਾਦ ਚੌਧਰੀ ਜੀ। ਸੋ ਮੈਂ ਇਸ ਫਿਲਮ ਝਾਂਜਰਾ ਵਿੱਚ ਗੀਤ ਗਾ ਰਹੀ ਹਾਂ। ਸੋ ਤੁਸੀਂ ਫਿਲਮ ਝਾਂਜਰਾ ਵਿੱਚ ਜਲਦੀ ਹੀ ਮੈਨੂੰ ਪਲੇਬੈਕ ਸਿੰਗਰ ਵਜੋਂ ਸੁਣੋਗੇ। ਚੋਣਾਂ ਦੀ ਰਣਨੀਤੀ ਬਣਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਹੁਣ ਸਿੱਧੇ ਰਾਜਨੀਤੀ ਵਿੱਚ ਆਉਣਗੇ। ਅੱਜ ਉਸਦਾ ਐਲਾਨ ਹੈਦਰਾਬਾਦ ਵਿੱਚੋਂ ਕਰ ਰਹੇ ਨੇ। ਪ੍ਰਸ਼ਾਂਤ ਕਿਸ਼ੋਰ 2014 ਵਿੱਚ ਭਾਜਪਾ, 2015 ਵਿੱਚ ਮਹਾਗਠਜੋੜ ਤੇ 2017 ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਕਾਂਗਰਸ ਲਈ ਕੰਮ ਕਰ ਚੁੱਕੇ ਹੈ। ਇੱਕ ਸਮੇਂ ਚੋਣਾਂ ਵਿੱਚ ਜਿੱਤ ਦੀ ਗਰੰਟੀ ਦੇਣ ਵਾਲੇ ਪ੍ਰਸ਼ਾਂਤ ਕਿਸ਼ੋਰ ਉਸ ਸਮੇਂ ਚਰਚਾ ਵਿੱਚ ਆਏ ਸਨ ਜਦੋਂ 2014 ਵਿੱਚ ਚੋਣ ਪ੍ਰਚਾਰ ਵਿੱਚ ਬੀਜੇਪੀ ਦੇ ਪ੍ਰਚਾਰ ਨੇ ਉਹਨਾਂ ਨੂੰ ਮੋਦੀ ਲਹਿਰ ਵਿੱਚ ਬਦਲ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਮਤਭੇਦ ਦੀਆਂ ਖਬਰਾਂ ਆਈਆਂ। ਸਾਲ 2015 ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਮਹਾਗਠਜੋੜ ਦੇ ਪ੍ਰਚਾਰ ਦੀ ਕਮਾਨ ਸੰਭਾਲੀ ਤੇ ਇਹਨਾਂ ਚੋਣਾਂ ਵਿੱਚ ਬੀਜੇਪੀ ਨੂੰ ਤਕੜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਹਨਾਂ ਉੱਤਰ ਪ੍ਰਦੇਸ਼ ਚੋਣਾਂ ਵਿੱਚ ਕਾਂਗਰਸ ਦੀ ਪ੍ਰਚਾਰ ਦੀ ਕਮਾਨ ਸੰਭਾਲੀ ਤੇ ਪਾਰਟੀ ਉਹਨਾਂ ਨੂੰ ਬਣਾਈ ਰਣਨੀਤੀ ਤੇ ਕੰਮ ਕਰਨ ਲੱਗੀ। ਕਾਂਗਰਸ ਦੇ ਨੇਤਾਵਾਂ ਨਾਲ ਉਹਨਾਂ ਦੀ ਲੀ ਬੈਠ ਨਹੀਂ ਸਕੀ ਤੇ ਨਤੀਜਿਆਂ ਵਿੱਚ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਪਿਛਲੇ 6 ਸਾਲਾਂ ਵਿੱਚ ਵੱਖ ਵੱਖ ਰਾਜਨੀਤਿਕ ਦਲਾਂ ਦੇ ਨਾਲ ਆਪਣੀ ਚੋਣ ਅਭਿਆਨ ਵਿੱਚ ਕੰਮ ਕਰਨ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਕਿਸੇ ਦਲ ਦੇ ਨਾਲ ਪਰਦੇ ਪਿੱਛੇ ਕੰਮ ਨਹੀਂ ਕਰਨਗੇ। ਇਸ ਅੱਜ ਐਲਾਨ ਹੈਦਰਾਬਾਦ ਵਿੱਚ ਉਹ ਕਰ ਰਹੇ ਨੇ। ਹਾਲਾਂਕਿ ਪ੍ਰਸ਼ਾਂਤ ਕਿਸ ਦਲ ਵਿੱਚ ਸ਼ਾਮਲ ਹੋਣਗੇ ਫਿਲਹਾਲ ਉਹਨਾਂ ਨੇ ਇਸ ਬਾਰੇ ਕੋਈ ਇਸ਼ਾਰਾ ਨਹੀਂ ਕੀਤਾ। ਮੰਨਿਆ ਜਾ ਰਿਹਾ ਕਿ ਜ਼ਿਆਦਾਤਰ ਪਾਰਟੀਆਂ ਦੇ ਸਿਖਰਲੇ ਨੇਤਾਵਾਂ ਨਾਲ ਵਿਅਕਤੀਗਤ ਸੰਬੰਧ ਹੋਣ ਦੇ ਕਰਕੇ ਉਹਨਾਂ ਲਈ ਬਦਲ ਖੁੱਲ੍ਹੇ ਆ। ਹਾਲਾਂਕਿ ਹਾਲ ਹੀ ਦਿਨਾਂ ਵਿੱਚ ਬਿਹਾਰ ਦੇ ਮੁੱਖ ਮੰਤਰੀ ਮਨੀਸ਼ ਕੁਮਾਰ ਦੇ ਨਾਲ ਉਹਨਾਂ ਦੇ ਕਾਫੀ ਸੰਬੰਧ ਚੰਗੇ ਰਹੇ ਅਤੇ ਦੋਨੇ ਇੱਕ ਦੂਜੇ ਨਾਲ ਦਿੱਲੀ ਅਤੇ ਪਟਨਾ ਵਿੱਚ ਕਈ ਘੰਟੇ ਬੈਠੇ ਰਹੇ। ਪਾਕਿਸਤਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਖਬਰ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਰਸਤਾ ਖਿਲਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਸਿੱਧੂ ਨੇ ਪੱਤਰ ਵਿੱਚ ਲਿਖਿਆ ਕਿ ਪਾਕਿਸਤਾਨ ਦਸਤਕ ਦੇ ਰਿਹਾ ਕਿ ਹੁਣ ਭਾਰਤ ਸਰਕਾਰ ਨੂੰ ਵੀ ਦਰਵਾਜ਼ੇ ਖੋਲ੍ਹ ਕੇ ਸਿੱਖਾਂ ਦਾ 70 ਸਾਲਾਂ ਪੁਰਾਣਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ। ਸਿੱਧੂ ਨੇ ਲਿਖਿਆ ਕਿ ਭਾਰਤ ਪਾਕਿਸਤਾਨ ਵੰਡ ਸਮੇਂ ਸਿੱਖਾਂ ਦੇ ਕਈ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਵਿੱਚ ਚਲੇ ਗਏ। ਇਹਨਾਂ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੀ ਸ਼ਾਮਲ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਇੱਥੇ ਬਸਰ ਕੀਤੇ ਸਨ। ਇਹ ਗੁਰਦੁਆਰਾ ਸਰਹੱਦ ਦੇ ਬਿਲਕੁਲ ਨੇੜੇ ਹੈ। ਨਵਜੋਤ ਸਿੱਧੂ ਨੇ ਆਖਿਆ ਕਿ ਜਦੋਂ ਪਾਕਿਸਤਾਨ ਦੌਰੇ ਤੇ ਗਏ ਸਨ ਤੇ ਉਹਨਾਂ ਨੂੰ ਇਹ ਰਸਤਾ ਖਿਲਵਾਉਣ ਦੀ ਗੱਲ ਆਖੀ ਸੀ ਤੇ ਹੁਣ ਪਾਕਿਸਤਾਨ ਸਰਕਾਰ ਨੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਤੇ ਸੰਗਤਾਂ ਲਈ ਇਸ ਗੁਰਦੁਆਰਾ ਸਾਹਿਬ ਦਾ ਰਸਤਾ ਬਿਨਾਂ ਵੀਜ਼ਾ ਖੋਲ੍ਹਣ ਲਈ ਸਹਿਮਤੀ ਦੇ ਦਿੱਤੀ ਹੈ। ਸਿੱਧੂ ਨੇ ਲਿਖਿਆ ਕਿ ਉਹ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਵੀ ਇਸੇ ਸੰਬੰਧੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਖੁਲਵਾ ਕੇ ਸਿੱਖਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇ। ਇਹ ਰਸਤਾ ਖੁਲਵਾਉਣ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਪਿਆਰ ਅਤੇ ਸਦਭਾਵਨਾ ਵੀ ਵਧੇਗੀ। ਪਾਕਿਸਤਾਨ ਫੇਰੀ ਤੋਂ ਬਾਅਦ ਅਤੇ ਫਿਰ ਕਰਤਾਰਪੁਰ ਲੰਘ ਗਏ ਤੇ ਪਾਕਿਸਤਾਨ ਦੀ ਸ਼ਲਾਘਾ ਕਰਨ ਤੇ ਚੁਫੇਰਿਓ ਘਿਰੇ ਨਵਜੋਤ ਸਿੱਧੂ ਦਾ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਪੱਖਪੂਰ ਨੇ ਆਖਿਆ ਕਿ ਸਿੱਧੂ ਖਿਲਾਫ ਮਾਹੌਲ ਬਣਾਉਣ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਹੋਰ ਖਰਾਬ ਹੋ ਜਾਣਗੇ। ਉਹਨਾਂ ਆਖਿਆ ਕਿ
श्री हरिमंदर साहब विखे 1 सितंबर नूं मनाए जा रहे श्री गुरु ग्रंथ साहब जी के पहले प्रकाश पुरब के मद्देनजर अनोखे फुलां नाल सजावट की गई है। दिल्ली ते कलकत्ता तो कारीगरां वालों लाल चिट्टे पीले फुलां नाल अद्भुत सजावट करके अनोखी कारागरी की है। आस्ट्रेलिया न्यूजीलैंड कीनिया तो 80-85 तरह के फुल मंगवाए हैं जिन्हों श्री हरिमंदर साहब न सजाया जा रहा। दरबार साहब का कोना कोना महक उठा। यह फुलां की सेवा KK शर्मा वालों की गई है। ਪੰਜਾਬ ਅਤੇ ਕਰਨਾਟਕ ਵਿੱਚ ਪੈਟਰੋਲ ਤੇ ਡੀਜ਼ਲ ਜਲਦ ਸਸਤਾ ਹੋ ਸਕਦਾ। ਆਲ ਇੰਡੀਆ ਕਾਂਗਰਸ ਕਮੇਟੀ ਦੀ ਹਿਮਾਚਲ ਦੀ ਇੰਚਾਰਜ ਨੇ ਇਹ ਜਾਣਕਾਰੀ ਦਿੱਤੀ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਕਾਂਗਰਸ ਵਾਲੇ ਸੂਬਿਆਂ ਵਿੱਚ ਜਿੱਥੇ ਸਰਕਾਰ ਹੈ, ਪੰਜਾਬ ਅਤੇ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਪੈਟਰੋਲੀਅਮ ਉਤਪਾਦਾਂ ਤੇ ਵੈਟ ਘੱਟ ਕਰਨ ਲਈ ਪਹਿਲਾਂ ਹੀ ਆਖਿਆ ਜਾ ਚੁੱਕਾ ਹੈ। ਉਹਨਾਂ ਆਖਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਵੀਰ ਭੱਦਰ ਸਿੰਘ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਵੈਟ ਵਿੱਚ 2% ਦੀ ਕਮੀ ਕੀਤੀ ਸੀ। ਪੈਟਰੋਲ ਡੀਜ਼ਲ ਦੀਆਂ ਅਸਮਾਨ ਛੂਹ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਸੋਮਵਾਰ ਨੂੰ ਪ੍ਰਸਤਾਵਿਤ ਭਾਰਤ ਬੰਦ ਹਿਮਾਚਲ ਪ੍ਰਦੇਸ਼ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਭਾਵੀ ਹੋਏਗਾ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੌਰਾਨ ਜ਼ਰੂਰੀ ਖਾਦਾਂ ਦੇ ਤੇ ਖੁਰਾਕ ਪਦਾਰਥਾਂ ਦੇ ਭਾਅ ਤੇਜ਼ੀ ਨਾਲ ਵਧੇ ਨੇ। ਉਹਨਾਂ ਆਖਿਆ ਕਿ ਇਸ ਤੋਂ ਪਹਿਲਾਂ ਸਾਂਝੀ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਦੌਰਾਨ ਕੱਚੇ ਤੇਲ ਦੇ ਭਾਅ ਕਾਫੀ ਉੱਚੇ ਪੱਧਰ ਤੇ ਗਏ ਸਨ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਪੈਟਰੋਲੀਅਮ ਉਤਪਾਦਾਂ ਦੀਆਂ ਦਰਾਂ ਵੀ ਕਮ ਘੱਟ ਸਨ। ਉਹਨਾਂ ਆਖਿਆ ਕਿ ਜਨਤਾ 2019 ਦੀਆਂ ਆਉਂਦੀਆਂ ਚੋਣਾਂ ਵਿੱਚ ਭਾਜਪਾ ਨੂੰ ਇਸ ਦਾ ਸਬਕ ਦੇਵੇਗੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕੱਲ ਇੱਕ ਨਵੇਂ ਰਿਕਾਰਡ ਤੇ ਪਹੁੰਚ ਗਈਆਂ। ਵਿਸ਼ਵ ਪੱਧਰ ਵਿੱਚ ਕੱਚੇ ਤੇਲ ਦੇ ਵੱਧਦੇ ਭਾਅ ਤੇ ਰੁਪਈਏ ਵਿੱਚ ਗਿਰਾਵਟ ਕਰਕੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਇੱਕ ਨੋਟੀਫਿਕੇਸ਼ਨ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 12 ਪੈਸੇ ਤੇ ਡੀਜ਼ਲ ਦੀ 10 ਪੈਸੇ ਪ੍ਰਤੀ ਲੀਟਰ ਵੱਧ ਗਈ। ਪੈਟਰੋਲ ਦੀ ਕੀਮਤ 80 ਰੁਪਏ 50 ਪੈਸੇ ਤੇ ਡੀਜ਼ਲ ਦੀ ਕੀਮਤ 72 ਰੁਪਏ 61 ਪੈਸੇ ਪ੍ਰਤੀ ਲੀਟਰ ਹੋ ਚੁੱਕੀ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾਂ ਵਿੱਚ ਇੱਕ ਦਿਲ ਕੰਬਾ ਦੇਣ ਵਾਲੀ ਵਾਰਦਾਤ ਹੋਈ। ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਗੋਲੀ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ। ਬਾਅਦ ਵਿੱਚ ਉਸ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦਰਅਸਲ 48 ਸਾਲਾ ਜਗਬੀਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਤੇ ਘਰ ਵਿੱਚ ਕਲੇਸ਼ ਰਹਿੰਦਾ ਸੀ। ਜਗਬੀਰ ਨੇ ਪਹਿਲਾਂ ਆਪਣੀ ਪਤਨੀ ਗੁਰਪ੍ਰੀਤ ਨੂੰ ਗੋਲੀ ਮਾਰੀ, ਬਾਅਦ ਵਿੱਚ ਆਪਣੇ ਪੁੱਤਰ ਨੂੰ ਮਾਰ ਦਿੱਤੀ। ਦੁੱਖ ਦੀ ਗੱਲ ਇਹ ਹੈ ਕਿ ਬੱਚੇ ਦੀ ਉਮਰ ਸਿਰਫ 11 ਮਹੀਨੇ ਦੱਸੀ ਜਾ ਰਹੀ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਭਾਰਤੀ ਜਨਤਾ ਪਾਰਟੀ ਦੀ ਦਿੱਲੀ ਵਿੱਚ ਹੋਈ ਰਾਸ਼ਟਰੀ ਕਾਰਜਕਾਰਨੀ ਮੀਟਿੰਗ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਤੇ ਤਿੱਖਾ ਹਮਲਾ ਕੀਤਾ ਤੇ ਪਾਰਟੀ ਲਈ ਨਵਾਂ ਨਾਰਾ ਅਜੇ ਭਾਰਤ ਅਟਲ ਭਾਜਪਾ ਦਿੱਤਾ ਹੈ। ਦੂਜੇ ਪਾਸੇ ਬੀਜੇਪੀ ਪ੍ਰਧਾਨ ਨੇ ਆਖਿਆ ਕਿ 2019 ਵਿੱਚ ਬੀਜੇਪੀ ਫਿਰ ਜਿੱਤੇਗੀ। ਅਗਲੇ 50 ਸਾਲ ਤੱਕ ਉਹਨਾਂ ਆਖਿਆ ਕਿ ਉਸਨੂੰ ਕੋਈ ਹਰਾ ਨਹੀਂ ਸਕੇਗਾ। ਕਾਰਜਕਾਰਨੀ ਮੀਟਿੰਗ ਖਤਮ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਭਾਸ਼ਣ ਦੀਆਂ ਮੁੱਖ ਗੱਲਾਂ ਨੂੰ ਮੀਡੀਆ ਸਾਹਮਣੇ ਰੱਖਿਆ। ਰਵੀ ਸ਼ੰਕਰ ਪ੍ਰਸਾਦ ਨੇ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੀ ਉਦਾਹਰਣ ਦੇ ਕੇ ਦੱਸਿਆ ਕਿ ਉੱਥੇ 31 ਸਾਲਾਂ ਤੋਂ ਉਹਨਾਂ ਦੀ ਸਰਕਾਰ ਹੈ। ਉਹਨਾਂ ਆਖਿਆ ਕਿ ਸਾਨੂੰ ਸੱਤਾ ਦਾ ਕੋਈ ਹੰਕਾਰ ਨਹੀਂ। ਉਹਨਾਂ ਪ੍ਰਧਾਨ ਮੰਤਰੀ ਦੇ ਹਵਾਲੇ ਨੇ ਆਖਿਆ ਕਿ 31 ਸਾਲਾਂ ਤੋਂ ਅਸੀਂ ਗੁਜਰਾਤ ਵਿੱਚ ਰਾਜ ਕਰ ਰਹੇ ਹਾਂ। ਉਹਨਾਂ ਆਖਿਆ ਕਿ ਇਸੇ ਲਈ ਅਸੀਂ ਸੱਤਾ ਦਾ ਹੰਕਾਰ ਨਹੀਂ ਕਰਦੇ, ਅਸੀਂ ਸੱਤਾ ਨੂੰ ਕੁਰਸੀ ਦੇ ਤੌਰ ਤੇ ਨਹੀਂ ਦੇਖਦੇ, ਬਲਕਿ ਜਨਤਾ ਲਈ ਕੰਮ ਕਰਨ ਦਾ ਇੱਕ ਵਿਕਲਪ ਸਮਝਦੇ ਹਾਂ। ਉਹਨਾਂ ਆਖਿਆ ਕਿ ਅਸੀਂ ਸੰਕਲਪ ਲਈ ਜਿੱਤੇ ਹਾਂ, ਸਾਡੀ ਨੀਤੀ ਅਤੇ ਰਣਨੀਤੀ ਵੀ ਇੱਕੋ ਬਰਾਬਰ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਹਵਾਲੇ ਵਿੱਚ ਉਹਨਾਂ ਦੱਸਿਆ ਕਿ ਸਾਡੇ ਵਿਚਾਰਾਂ ਤੇ ਸਾਡੇ ਕੰਮਾਂ ਤੇ ਸਵਾਲ ਚੁੱਕੋ, ਅਸੀਂ ਸੁਣਨ ਨੂੰ ਤਿਆਰ ਹਾਂ। ਉਹਨਾਂ ਆਖਿਆ ਕਿ ਸਵਾਲ ਇਹ ਵੀ ਉੱਠੇਗਾ ਕਿ 48 ਸਾਲ ਪਰਿਵਾਰ ਦੇ ਤੇ 48 ਮਹੀਨੇ ਸਾਡੇ। ਉਹਨਾਂ ਆਖਿਆ ਕਿ ਤੁਸੀਂ ਕਿਸ ਲਈ ਕਿਸ ਕੰਮ ਤੇ ਸਾਨੂੰ ਚੁਣਿਆ, ਇਸ ਲਈ ਚਰਚਾ ਹੋਣੀ ਚਾਹੀਦੀ ਹੈ। ਕਾਂਗਰਸ ਤੇ ਝੂਠ ਫੈਲਾਉਣ ਦਾ ਦੋਸ਼ ਲਾਉਂਦਿਆਂ ਉਹਨਾਂ ਆਖਿਆ ਕਿ ਉਹ ਨਾ ਮੁੱਦਿਆਂ ਤੇ ਲੜਦੇ ਆ, ਨਾ ਕੰਮ ਤੇ ਲੜਦੇ ਆ, ਸਿਰਫ ਝੂਠ ਤੇ ਲੜਦੇ ਨੇ। ਰਾਫੇਲ ਸੌਦੇ ਨੂੰ ਲੈ ਕੇ ਮੱਚੇ ਸਿਆਸੀ ਰੌਲੇ ਰੱਪੇ ਵਿਚਕਾਰ ਭਾਰਤੀ ਹਵਾਈ ਸੈਨਾ ਗੁਪਤ ਤਰੀਕੇ ਨਾਲ ਇਹਨਾਂ ਲੜਾਕੂ ਜਹਾਜ਼ਾਂ ਦੀ ਸਵਾਗਤ ਲਈ ਤਿਆਰੀ ਵਿੱਚ ਜੁਟੀ ਹੈ। ਇਹਨਾਂ ਲਈ ਜ਼ਰੂਰੀ ਢਾਂਚਾ ਜੁਟਾਉਣ ਅਤੇ ਪਾਇਲਟਾਂ ਦੀ ਟ੍ਰੇਨਿੰਗ ਦੀ ਦਿਸ਼ਾ ਵਿੱਚ ਕੰਮ ਚੱਲ ਰਿਹਾ। ਭਾਰਤੀ ਵਾਯੂ ਸੈਨਾ ਦੇ ਇਸ ਸਾਲ ਦੇ ਅੰਤ ਤੱਕ ਪਾਇਲਟਾਂ ਦੀ ਇੱਕ ਦਲ ਨੂੰ ਰਾਫੇਲ ਜਹਾਜ਼ਾਂ ਤੇ ਟ੍ਰੇਨਿੰਗ ਲਈ ਫਰਾਂਸ ਭੇਜੇਗੀ। ਹਵਾਈ ਸੈਨਾ ਦੇ ਕਈ ਦਲ ਪਹਿਲਾਂ ਹੀ ਰਾਫੇਲ ਜਹਾਜ਼ ਦੇ ਨਿਰਮਾਤਾ ਨੂੰ ਭਾਰਤੀ ਮਾਹਰਕਾਰਾਂ ਨੂੰ ਇਸ ਜਹਾਜ਼ ਵਿੱਚ ਸ਼ਾਮਲ ਕਰਨ ਦੀ ਮਦਦ ਲਈ ਫਰਾਂਸ ਦਾ ਦੌਰਾ ਕਰ ਚੁੱਕੇ ਹੈ। ਫਰਾਂਸ ਦੇ ਨਾਲ 58,000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਸਤੰਬਰ 2016 ਵਿੱਚ ਭਾਰਤ ਨੇ ਇੱਕ ਅੰਦਰੂਨੀ ਸਰਕਾਰੀ ਸਮਝੌਤਾ ਕੀਤਾ ਸੀ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਕੱਲ੍ਹ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।